ਪ੍ਰੋਗਰਾਮ ਦੇ ਵਿੱਚ ਜਿਹੜਾ ਆਪਾਂ ਅੱਜ ਟਾਪਿਕ ਚੁਣਿਆ ਹੈ ਇਹ ਲਗਭਗ ਸਾਡੀ ਜ਼ਬਾਨ ਨੂੰ ਜਿਹੜੇ ਲੋਕ ਸਮਝ ਰਹੇ ਹਨ ਵੇਖ ਰਹੇ ਹਨ ਪ੍ਰੋਗਰਾਮ ਨੂੰ ਅੱਧਿਓਂ ਵੱਧ ਇਹਦੇ ਨਾਲ ਸਹਿਮਤ ਹੋਣਗੇ ਪਰ ਹੋ ਸਕਦਾ ਕਿ ਅੱਧਿਓਂ ਵੱਧ ਲੋਕ ਆਪਣੀ ਵਿਚਾਰਧਾਰਾ ਫਿਰ ਵੀ ਨਾ ਬਦਲਣ। ਦੁਨੀਆ ਦੀਆਂ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਦੂਸਰੀ ਕੌਮ ਪ੍ਰਤੀ ਕੁਝ ਆਪਣੀਆਂ ਹੀ ਵਿਚਾਰਧਾਰਾਵਾਂ ਬਣਾ ਲੈਂਦੀ ਆ। ਐਗਜ਼ਾਮਪਲ ਤੌਰ ਦੇ ਉੱਪਰ ਅਸੀਂ ਆਪਣੀ ਗੱਲ ਕਰਾਂਗੇ, ਅਸੀਂ ਪੰਜਾਬੀ ਸਮਾਜ ਹਾਂ, ਅਸੀਂ ਕਾਲਿਆਂ ਗੋਰਿਆਂ ਚੀਨਿਆਂ ਦੇ ਬਾਰੇ ਆਪਣੀਆਂ ਆਪਣੀਆਂ ਬਹੁਤ ਸਾਰੀਆਂ ਵਿਚਾਰਧਾਰਾਵਾਂ ਬਣਾਈਆਂ ਨੇ, ਪਰ ਜ਼ਿੰਦਗੀ ਦੇ ਵਿੱਚ ਸ਼ਾਇਦ ਕਦੇ ਵੀ ਉਹਨਾਂ ਦੀ ਜ਼ਿੰਦਗੀ ਨੂੰ ਜਿਉਂ ਕੇ ਨਹੀਂ ਵੇਖਿਆ ਜਾਂ ਆਪਣੇ ਆਪ ਨੂੰ ਉਸ ਥਾਂ ਦੇ ਉੱਪਰ ਨਹੀਂ ਰੱਖ ਕੇ ਵੇਖਿਆ, ਅਤੇ ਫਿਰ ਉਹ ਵਿਚਾਰਧਾਰਾਵਾਂ ਕੁਝ ਗਲਤ ਜਿਹੀਆਂ ਨਜ਼ਰ ਲੱਗਣ ਲੱਗ ਪੈਂਦੀਆਂ ਨੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਗੋਰਿਆਂ ਦੇ ਬਾਰੇ ਸੋਚਦੇ ਹਾਂ ਕਿ ਇਹ ਯਾਰ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ, ਇਸ ਤਰ੍ਹਾਂ ਦਾ ਜਿਉਂਦੇ ਨੇ, ਪਰ ਅੱਜ ਆਪਾਂ ਇਹਨਾਂ ਦਾ ਇੱਕ ਜੀਵਨ ਦਾ ਪਹਿਲੂ ਹੈ ਉਹਦੇ ਉੱਪਰ ਗੱਲਬਾਤ ਕਰਾਂਗੇ ਕਿ ਇਹ ਕਿੱਥੋਂ ਤੱਕ ਠੀਕ ਨੇ। ਅਸੀਂ ਆਮ ਹੀ ਇਹ ਸੁਣਦੇ ਹਾਂ ਕਿ ਗੋਰੇ 18 ਸਾਲ ਤੋਂ ਬਾਅਦ ਆਪਣੇ ਜਵਾਕਾਂ ਨੂੰ ਘਰੋਂ ਕੱਢ ਦਿੰਦੇ ਨੇ। ਸਾਡੇ ਮੁਤਾਬਕ ਇਹ ਗੱਲ ਗਲਤ ਜੀ ਲੱਗਦੀ ਆ, ਕਿਉਂਕਿ ਜਦੋਂ ਅਸੀਂ ਉਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਯਾਰ ਜਦੋਂ ਮੇਰਾ ਜਵਾਕ 18 ਸਾਲ ਦਾ ਹੋ ਜਾਵੇਗਾ ਕੀ ਮੈਂ ਉਸਨੂੰ ਘਰੋਂ ਕੱਢਾਂਗਾ, ਨਹੀਂ ਤਾਂ ਫਿਰ ਇਹ ਗੱਲ ਗਲਤ ਹੋ ਜਾਂਦੀ ਆ। ਆਓ ਜਾਣੀਏ ਕਿ ਇਹਦੇ ਪਿੱਛੇ ਸਾਈਕੀ ਕੀ ਹੈ, ਕੀ ਕੰਮ ਕਰਦਾ ਹੈ ਕਿ ਉਹ 18 ਸਾਲ ਤੋਂ ਬਾਅਦ ਆਪਣੇ ਜਵਾਕਾਂ ਨੂੰ ਘਰੋਂ ਕੱਢ ਦਿੰਦੇ ਨੇ ਪਰ ਉਹ ਫਿਰ ਵੀ ਠੀਕ ਨੇ। ਜਦੋਂ ਗੋਰਿਆਂ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਤਾਂ 1 ਸਾਲ ਤੋਂ ਬਾਅਦ ਉਸਨੂੰ ਇਕੱਲੇ ਨੂੰ ਪਾਉਣ ਲੱਗ ਪੈਂਦੇ ਆ, 3 ਸਾਲ ਤੱਕ ਉਹ ਇਕੱਲਾ ਹੀ ਵੱਡਾ ਹੁੰਦਾ, 18 ਸਾਲ ਤੱਕ ਉਹ ਜ਼ਿੰਦਗੀ ਦੇ ਵਿੱਚ ਇਕੱਲਾ ਰਹਿਣਾ ਵੀ ਸਿੱਖ ਜਾਂਦਾ, ਹਨੇਰਿਆਂ ਦੇ ਨਾਲ ਲੜ ਕੇ ਵੱਡਾ ਹੁੰਦਾ, ਇੰਡੀਪੈਂਡੈਂਟ ਹੁੰਦਾ। 18 ਸਾਲ ਤੱਕ ਉਹ ਆਪਣੇ ਬੱਚਿਆਂ ਨੂੰ ਸਵਿਮਿੰਗ ਵੀ ਸਿਖਾਉਂਦੇ ਨੇ, ਕਰਾਟੇ ਵੀ ਸਿਖਾਉਂਦੇ ਨੇ ਸੈਲਫ ਡਿਫੈਂਸ ਦੇ ਲਈ, ਅਤੇ ਉਹਨਾਂ ਦੇ ਵਿੱਚ ਗਿਆਨ ਇੰਨਾ ਭਰ ਦਿੰਦੇ ਨੇ ਕਿ 18 ਸਾਲ ਤੱਕ ਉਹਨਾਂ ਨੂੰ ਚੰਗੇ ਅਤੇ ਮਾੜੇ ਦੀ ਪਰਖ ਵੀ ਹੋ ਜਾਂਦੀ ਆ। ਉਹ ਆਪ ਮੁਹਾਰੇ ਹੋ ਜਾਂਦੇ ਨੇ, ਆਪਣਾ ਪੈਸਾ ਆਪ ਕਮਾ ਸਕਦੇ ਨੇ, ਜ਼ਿੰਦਗੀ ਦੇ ਵਿੱਚ ਚੰਗੇ ਅਤੇ ਮਾੜੇ ਬਾਰੇ ਸੋਚ ਵਿਚਾਰ ਸਕਦੇ ਨੇ। ਲਗਭਗ ਦੁਨੀਆ ਦਾ ਹਰੇਕ ਖਾਣਾ ਬਣਾਉਣ ਦੀ ਉਹਨਾਂ ਦੇ ਕੋਲ ਕਲਾ ਆ ਜਾਂਦੀ ਆ, ਫਿਰ ਉਹ ਆਪਣੇ ਬੱਚਿਆਂ ਨੂੰ ਉਡਾਰੂ ਕਰ ਦਿੰਦੇ ਨੇ। ਅਤੇ ਮੇਰੇ ਖਿਆਲ ਦੇ ਨਾਲ ਸਾਡੇ ਸਮਾਜ ਦੇ ਵਿੱਚ ਜਵਾਕਾਂ ਨੂੰ 18 ਸਾਲ ਤੱਕ ਚਾਹ ਨਹੀਂ ਬਣਾਉਣੀ ਆਉਂਦੀ, ਅਤੇ ਫਿਰ ਅਸੀਂ ਇਸੇ ਤਰੀਕੇ ਦੇ ਨਾਲ ਹੀ ਇਹ ਫਾਰਮੂਲਾ ਉਹਨਾਂ ਦੇ ਉੱਪਰ ਵੀ ਇੰਪਲੀਮੈਂਟ ਕਰਦੇ ਹਾਂ ਕਿ ਜੇ ਮੇਰੇ ਬੱਚੇ 18 ਸਾਲ ਤੱਕ ਇਹੋ ਜਿਹੇ ਨੇ ਸ਼ਾਇਦ ਉਹਨਾਂ ਦੇ ਵੀ ਹੋਣਗੇ। ਹੁਣ ਉਹ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਨੇ, ਉਹ ਪਹਿਲਾਂ ਉਸ ਚੀਜ਼ ਨੂੰ ਤਿਆਰ ਕਰਦੇ ਨੇ, ਫਿਰ ਉਸ ਤੋਂ ਬਾਅਦ ਉਸਨੂੰ ਆਜ਼ਾਦ ਕਰਦੇ ਨੇ। ਹੁਣ ਇੱਥੇ ਗੁਰੂਆਂ ਦਾ ਵੀ ਇੱਕ ਸੁਨੇਹਾ ਜੇ ਜੋੜਨਾ ਹੋਵੇ ਤਾਂ ਬੜਾ ਠੀਕ ਬੈਠੇਗਾ। ਗੁਰੂ ਸਾਹਿਬਾਨ ਨੇ ਵੀ ਕਿਹਾ ਹੋਇਆ ਕਿ ਦੁਨਿਆਵੀ ਮੋਹ ਮਾਇਆ ਦੇ ਵਿੱਚ ਨਹੀਂ ਫਸਣਾ, ਅਤੇ ਫਿਰ ਉਹ ਦੋ ਨੇ ਆ ਵੀ ਮੋਹ ਮਾਇਆ 'ਚ ਵੀ ਨਹੀਂ ਫਸਦੇ, ਤਾਂ ਫਿਰ ਉਹ ਗੁਰੂ ਸਾਹਿਬਾਨ ਦੀ ਕਹੀ ਹੋਈ ਗੱਲ ਦੇ ਮੁਤਾਬਕ ਠੀਕ ਬੈਠਦੇ ਨੇ।